क्योंकि मेरे जिहड़े उस्ताद ने सरदार कुलदीप सिंह कालो मैं इन्हां वल वेख के लिखना सीखने की कोशिश कर रहा हां क्योंकि उस्ताद उन्हां दी कलम ते उन्हां दी बेबाकी जिहड़ी आ मैनूं बड़ी पसंद आ इस करके मेरे उस्ताद ने सो मेरे उस्ताद जी उन्हां दे वास्ते इक गल है जी मैं कुछ लिखना चाहुंदा हां मैं कुछ लिखना चाहुंदा हां पर किस विषय ते लिखां ये अजे तक सोच विचारा मैं कुछ लिखना चाहुंदा हां पर किस विषय ते लिखां ये अजे तक सोच विचारा मैं विषय ते जग उत्ते लखां करोड़ां ने पर शुरू कित्थों करां ये सोच विचारा मैं भ्रूण हत्या जां दाज दे लोभियां बारे लिखना चाहुंदा हां भ्रूण हत्या जां दाज दे लोभियां बारे लिखना चाहुंदा हां जिन्हां मारियां तियां इस लई कि लोग मंगदे कोठियां कारां ने बेआबरू होईयां तियां बारे लिखना चाहुंदा हां निकल लई लईयां पैसे वाले वड्डे वड्डे मालदारां ने मैं लिखना चाहुंदा हां पर किसे किस विषय ते लिखां ये अजे तक सोच विचारां मैं मैं लिखना चाहुंदा हां बाहर जाण वाले काले नौजवानां लई घर उजाड़ दिते धोखे दित्तियां बहुतियां नारां ने जिन्हां नूं कंत भी छड के तुर गए बाहर नूं अजे तक ਭੈਣਾਂ ਵੀ ਖਾ ਲਈਆਂ ਝੂਠੇ ਕੌਲ ਕਰਾਰਾਂ ਨੇ ਕਿਸ ਵਿਸ਼ੇ ਦੇ ਉੱਤੇ ਲਿਖਣਾ ਚਾਹੁੰਦਾ ਹਾਂ ਇਹ ਅਜੇ ਤੱਕ ਮੈਂ ਸੋਚ ਵਿਚਾਰਾਂ ਮੈਂ ਇਸ ਵਿਸ਼ੇ 'ਤੇ ਲਿਖਣਾ ਚਾਹੁੰਦਾ ਹਾਂ ਇਹ ਅਜੇ ਤੱਕ ਸੋਚ ਵਿਚਾਰਾਂ ਮੈਂ ਕਰਜ਼ੇ ਤੋਂ ਤੰਗ ਹੋ ਖੁਦਕੁਸ਼ੀ ਕੀਤੀ ਕਈਆਂ ਨੇ ਜੇ ਪੈ ਗਈ ਵਸ ਲੋਟੂ ਸਰਕਾਰਾਂ ਦੇ ਸੋਰੀ ਕਰਜ਼ੇ ਤੋਂ ਤੰਗ ਹੋ ਕੇ ਖੁਦਕੁਸ਼ੀ ਕੀਤੀ ਕਈਆਂ ਨੇ ਜੋ ਪੈ ਗਏ ਲੋਟੂ ਵਸ ਸਰਕਾਰਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਵੋਟਾਂ ਲੈ ਕੇ ਮੁੱਕਰ ਗਏ ਸਦਕੇ ਜਾਵਾਂ ਐਸੇ ਮੁਕਾਰਾਂ ਦੇ ਵਿਸ਼ੇ ਤੇ ਜਗ ਦੇ ਲੱਖਾਂ ਨੇ ਪਰ ਸ਼ੁਰੂ ਕਿਸ ਕਰਾਂ ਕਿਸ ਤੋਂ ਕਰਾਂ ਇਹ ਸੋਚ ਵਿਚਾਰਾਂ ਮੈਂ ਤੁਸੀਂ ਹੀ ਮਦਦ ਕਰੋ ਮੇਰੇ ਲਿਖਣ ਵਿੱਚ ਤੁਸੀਂ ਹੀ ਮਦਦ ਕਰੋ ਮੇਰੇ ਲਿਖਣ ਵਿੱਚ ਹੱਥ ਜੋੜਤੀ ਬੇਨਤੀ ਕਰਾਂ ਅਰਜ ਗੁਜ਼ਾਰਾਂ ਮੈਂ ਪ੍ਰਿੰਸ ਦੀ ਮੱਤ ਅਜੇ ਨਿਆਣੀ ਏ ਦਿਓ ਅਸੀਸ ਕਿ ਇਹਨੂੰ ਸੁਧਾਰਾਂ ਮੈਂ ਦਿਓ ਅਸੀਸ ਕਿ ਇਹਨੂੰ ਸੁਧਾਰਾਂ ਮੈਂ ਵਿਸ਼ੇ ਤੇ ਜਗ ਤੇ ਲੱਖਾਂ ਨੇ ਪਰ ਸ਼ੁਰੂ ਕਿੱਥੋਂ ਕਰਾਂ ਇਹ ਸੋਚ ਵਿਚਾਰਾਂ ਅਸ਼ਕੋ ਮੈਂ ਨਾ ਮੇਰੇ ਸਿਸਟਰ ਬਾਹਰ ਇਟਲੀ ਵਿੱਚ ਵਿਆਹੇ ਹਾਂ ਅਤੇ ਮੈਂ ਉਹਨਾਂ ਨੂੰ ਮੁਖਾਬਿਤ ਹੋ ਕੇ ਲਿਖਿਆ ਕਿ ਜੋ ਵੀ ਲਫ਼ਜ਼ ਹੈਗਾ ਮੇਰੇ ਰਸਤੇ ਨਾ ਮੈਂ ਭੁੱਲ ਜਾ ਰਿਹਾ ਕਿਉਂਕਿ ਮੈਂ ਇੰਨੀਆਂ ਸੰਗਤਾਂ ਨੂੰ ਵੇਖ ਲਿਆ ਨਾ ਤਾਂ ਮੈਨੂੰ ਥੋੜ੍ਹਾ ਨਰਵਸ ਜਿਹਾ ਹੋ ਰਿਹਾ ਮੈਂ ਪਹਿਲਾਂ ਇੰਨਾ ਤੁਹਾਨੂੰ ਪੜ੍ਹਾਉਂਦੇ ਨੇ ਫਿਰ ਮੁਲਕ ਪਗਾਨੇ ਵਿਆਹੁੰਦੇ ਨੇ ਪਹਿਲਾਂ ਇੰਨਾ ਤੁਹਾਨੂੰ ਪੜ੍ਹਾਉਂਦੇ ਨੇ ਫਿਰ ਮੁਲਕ ਪਗਾਨੇ ਵਿਆਹੁੰਦੇ ਨੇ ਕੁੱਝ ਪੱਟੇ ਕੋਠੀਆਂ ਕਾਰਾਂ ਦੇ ਕੁੱਝ ਨਕਲੀ ਹਾਸਿਆਂ ਦੇ ਤੁਹਾਡੀ ਕਿਸਮਤ ਭੈਣੋ ਮਾੜੀ ਏ ਕੁੱਝ ਦੋਸ਼ ਨੇ ਮਾਪਿਆਂ ਦੇ ਕੁੱਝ ਪੱਟੇ ਕੋਠੀਆਂ ਕਾਰਾਂ ਦੇ ਕੁੱਝ ਨਕਲੀ ਹਾਸਿਆਂ ਦੇ ਤੁਹਾਡੀ ਕਿਸਮਤ ਭੈਣੋ ਮਾੜੀ ਏ ਕੁੱਝ ਦੋਸ਼ ਨੇ ਮਾਪਿਆਂ ਦੇ ਜਿਹੜੇ ਫੌਰਨ ਤੋਂ ਹੋ ਕੇ ਆਉਂਦੇ ਨੇ ਪਹਿਲਾਂ ਮਿੱਠੀ ਜੀਭ ਚਲਾਉਂਦੇ ਨੇ ਫਿਰ ਮਿੱਠੇ ਬਣ ਕੇ ਲੁੱਟਦੇ ਨੇ ਫਿਰ ਆਪਣੇ ਰੰਗ ਦਿਖਾਉਂਦੇ ਨੇ ਫਿਰ ਹੱਸਦੀਆਂ ਧੀਆਂ ਰੋਂਦੀਆਂ ਨੇ ਗਲ ਪਏ ਸਿਆਪਿਆਂ ਦੇ ਤੁਹਾਡੀ ਕਿਸਮਤ ਭੈਣੋ ਮਾੜੀ ਏ ਕੁੱਝ ਦੋਸ਼ ਨੇ ਮਾਪਿਆਂ ਦੇ ਤੁਹਾਡੀ ਕਿਸਮਤ ਭੈਣੋ ਮਾੜੀ ਏ ਕੁੱਝ ਦੋਸ਼ ਨੇ ਮਾਪਿਆਂ ਦੇ ਜਿਸ ਧੀ ਨੂੰ ਪੇਕੇ ਲਾਡ ਲੜਾਉਂਦੇ ਨੇ ਫਿਰ ਸਹੁਰੇ ਖੂਬ ਡਰਾਉਂਦੇ ਨੇ ਕੰਮ ਕਰਦੀ ਥੱਕ ਜਾਂਦੀ ਫਿਰ ਤਾਨੇ ਮਾਰ ਰਵਾਉਂਦੇ ਨੇ ਬਸ ਇੱਕ ਮਾਪਿਆਂ ਦੀ ਇੱਜ਼ਤ ਲਈ ਫਿਰ ਜ਼ਿੰਦਗੀ ਲੰਘਦੀ ਵਿੱਚ ਕੁਟਾਪਿਆਂ ਦੇ ਕਿਸ ਕੁਝ ਕਿਸਮਤ ਤੁਹਾਡੀ ਮਾੜੀ ਏ ਕੁਝ ਦੋਸ਼ ਨੇ ਭੈਣੋ ਮਾਪਿਆਂ ਦੇ ਮੈਂ ਹੱਥ ਜੋੜ ਕਰਾਂ ਅਰਜੋਈ ਜੀ ਮੇਰੀ ਗੱਲ ਤੇ ਸੁਣ ਲਓ ਕੋਈ ਜੀ ਬਾਬੇ ਨਾਨਕ ਦੀ ਬਾਬੇ ਨਾਨਕ ਨੇ ਜਿਹਨੂੰ ਸਤਿਕਾਰ ਦਿੱਤਾ ਉਹ ਧਿਓ ਧੀ ਕਿਉਂ ਬਗਾਨੀ ਹੋਈ ਜੀ ਪ੍ਰਿੰਸ ਇਸ ਦੁਨੀਆਂ ਜ਼ਹਿਰੀਲੀ ਹੋ ਗਈ ਏ ਲੋਕ ਭੁੱਲ ਗਏ ਮਤਲਬ ਰਿਸ਼ਤੇ ਨਾਤਿਆਂ ਦੇ ਤੁਹਾਡੀ ਕਿਸਮਤ ਭੈਣੋ ਮਾੜੀ ਏ ਕੁਝ ਦੋਸ਼ ਨੇ ਤੁਹਾਡੇ ਮਾਪਿਆਂ ਦੇ ਤੁਹਾਡੇ ਮਾਪਿਆਂ ਦੇ